ਪ੍ਰਾਈਮੇਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਆ Kusum ਤੇ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਖਬਰਾਂ ਤੇ ਵੱਡੀਆਂ ਤੇ ਤੇ ਛੋਟੀਆਂ ਤੇ ਚਰਚਾ ਕਰਦੇ ਹਾਂ ਤੇ ਇਸ ਚਰਚਾ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਜਤਿੰਦਰ ਪੰਨੋ ਜੀ ਪੰਨੋ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਚੁਕੁਏ ਆ ਪੰਨੋ ਸਾਹਿਬ ਸ਼ੁਰੂਆਤ ਕਰਦੇ ਹਾਂ ਜੋ ਵਿਧਾਨ ਸਭਾ ਚੋਣਾਂ ਦੇ ਲਈ ਮੁੱਖ ਮੁੱਦਾ ਬਣਿਆ ਹੋਇਆ ਹੈ ਪਾਣੀਆਂ ਦੇ ਮੁੱਦੇ ਤੇ ਕਾਫੀ ਸਿਆਸਤ ਗਰਮਾਈ ਹੋਈ ਆ ਇੱਕ ਦੂਜੇ ਤੇ ਦੋਸ਼ ਲਗਾਏ ਜਾ ਰਹੇ ਨੇ ਚੋਣਾਂ ਦਾ ਵੀ ਮੁੱਦਾ ਬਣਦਾ ਜਾ ਰਿਹਾ ਹੈ ਇਸ ਦਾ ਹੁਣ ਕੀ ਬਣੇਗਾ ਇਹ ਜਿਹੜਾ ਮੁੱਦਾ ਹੈ ਇਹ ਨੇ ਬਾਕੀ ਸਾਰੇ ਮੁੱਦੇ ਪਿੱਛੇ ਪਾ ਦਿੱਤੇ ਜੀ ਬਿਲਕੁਲ ਹਾਲਾਂਕਿ ਇਹ ਬਾਕੀ ਮੁੱਦਿਆਂ ਤੋਂ ਛੋਟਾ ਮੁੱਦਾ ਹਮਮ ਇੱਕ ਮਹੀਨਾ ਪਹਿਲਾਂ ਤੱਕ ਪੰਜਾਬ ਚ ਸਭ ਤੋਂ ਵੱਡਾ ਮੁੱਦਾ ਘਰ ਘਰ ਪਹੁੰਚ ਗਿਆ ਡਰਗ ਦਾ ਸੀ ਹਮ ਪਿੰਡਾਂ ਵਿੱਚ ਜਾ ਕੇ ਵੇਖੋ ਲੋਕਾਂ ਦੇ ਘਰਾਂ ਵਿੱਚ ਸੱਤਰ ਵਿਸ਼ੇਪ ਹੈ ਜਵਾਨ ਬੱਚੇ ਮਰ ਰਹੇ ਨੇ ਡਰਗ ਲੈ ਕੇ ਜੀ ਉਦੋਂ ਬਹੁਤ ਵੱਡਾ ਮੁੱਦਾ ਸੀ ਕਾਂਗਰਸੀ ਵੀ ਆਮ ਆਦਮੀ ਪਾਰਟੀ ਵਾਲੇ ਵੀ ਸਾਰੇ ਉਸੇ ਮੁੱਦੇ ਨੂੰ ਚੁੱਕ ਰਹੇ ਸੀ ਹਾਂਜੀ ਕੇਜਰੀਵਾਲ ਆ ਕੇ ਪੰਜਾਬ ਚ ਕਹਿੰਦਾ ਸੀ ਮੈਂ ਮਜੀਠੀਆ ਨੂੰ ਅੰਦਰ ਕਰ ਦੇਣਾ ਮਜੀਠੀਆ ਚਿੱਟੇ ਦਾ ਵਪਾਰੀ ਹੈ ਕਾਂਗਰਸੀ ਵੀ ਕਹਿੰਦੇ ਸੀ ਅਸੀਂ ਆਹ ਕਰ ਦੇਣਾ ਹੁਣ ਮੁੱਦਾ ਰਹਿ ਨਹੀਂ ਗਿਆ ਲੋਕਾਂ ਚ ਮੁੱਦਾ ਉਹ ਇਹਦੇ ਵੱਡਾ ਹੂੰ ਹੂੰ ਇੱਥੇ ਮੁੱਦਾ ਪਿੱਛੇ ਪਿਆ ਗਿਆ ਆਂਗਰਵਾੜੀ ਟੀਚਰਾਂ ਬੇਰਜ਼ਗਾਰ ਟੀਚਰ ਸੁਵਿਧਾ ਸੈਂਟਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਚ ਉਹਨਾਂ ਦੇ ਮੁਲਾਜ਼ਮ ਬਿਜਲੀ ਬੋਰਡ ਬੜੇ ਸਾਰੇ ਰੋਜ਼ ਕੁੱਟ ਖਾਂਦੇ ਆ ਅੱਗੇ ਵੀ ਖਾਂਦੇ ਸੀ ਹੁਣ ਵੀ ਖਾ ਰਹੇ ਆ ਹਾਂਜੀ ਹਕੂਮਤ ਦਾ ਨਹੀਂ ਰਗਾ ਹੂੰ ਪੁਲਿਸ ਦੀ ਭਰਤੀ ਹੋਈ ਉਹਦੇ ਚਿਹਰਾ ਫਿਰਦੇ ਦੋਸ਼ ਲੱਗੇ ਹਾਈ ਕੋਰਟ ਚ ਕੇਸ ਚੱਲ ਗਿਆ ਉਹ ਕੋਈ ਮੁੱਦਾ ਹੀ ਨਹੀਂ ਰਗਾ ਪੰਜਾਬ ਦੀ ਸਰਕਾਰ ਦੇ ਕੋਲ ਪੈਸਾ ਨਹੀਂ ਨਾ ਟੈਂਡਰਾਂ ਦੇ ਜਿਹੜਾ ਕੰਮ ਹੋਇਆ ਠੇਕੇਦਾਰਾਂ ਦੇ ਪੈਸੇ ਦਿੱਤੇ ਜਾ ਰਹੇ ਨਾ ਤਨਖਾਹਾਂ ਟਾਈਮ ਸਰ ਦਿੱਤੀਆਂ ਜਾ ਰਹੀਆਂ ਨਾ ਪੈਨਸ਼ਨਾਂ ਟਾਈਮ ਸਰ ਮਿਲ ਰਹੀਆਂ ਉਹ ਕੋਈ ਮੁੱਦਾ ਹੀ ਨਹੀਂ ਜੀ ਕੇਂਦਰ ਸਰਕਾਰ ਪੈਸਾ ਨਹੀਂ ਦੇ ਰਹੀ ਉਹ ਕਹਿੰਦੀ ਆ ਕਿ ਪਹਿਲੇ ਪੈਸਿਆਂ ਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਲਿਓ ਕੋਈ ਮੁੱਦਾ ਹੀ ਨਹੀਂ ਹੂੰ ਮੁੱਦਾ ਬਣ ਗਿਆ ਉਹ ਪਾਣੀਆਂ ਦਾ ਜਿਹੜਾ ਅਸਲ ਵਿੱਚ ਇਸ ਵੇਲੇ ਫੌਰੀ ਮੁੱਦਾ ਨਹੀਂਗਾ ਫੌਰੀ ਇਸ ਕਰਕੇ ਨਹੀਂ ਕਿ 1976 ਤੋਂ ਤੁਰਿਆ ਉਹਦਾ 40 ਸਾਲ ਹੋ ਗਏ ਆ ਜਿਹੜਾ ਪਾਣੀ 40 ਸਾਲਾਂ ਚ ਨਹੀਂ ਵਗਿਆ ਇਹ ਹੁਣ 40 ਦਿਨਾਂ ਦੇ ਨਾਲ ਥੋੜਾ ਵਗ ਜਾਣਾ ਜੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਪਿਛਲੇ ਹਫ਼ਤੇ ਉਹ ਫੈਸਲਾ ਨਹੀਂ ਆਕੀ ਜਾਂਦਾ ਦੀ ਪੰਜਾਬ ਦੇ ਪਾਣੀ ਖੋਲਣ ਲੱਗਾ ਉਹ ਫੈਸਲਾ ਹੂੰ ਉਹ ਫੈਸਲਾ ਪੰਜਾਬ ਦੇ ਪਾਣੀ ਨਹੀਂ ਖੋਲ ਰਿਹਾ ਉਹ ਫੈਸਲਾ ਸਿਰਫ ਇੰਨੀ ਗੱਲ ਦੇ ਉੱਤੇ ਆ ਕਿ ਕੋਈ ਤਿੰਨ ਰਾਜਾਂ ਚੋਂ ਰਾਜਾਂ ਦਾ ਆਪੋਚ ਸਮਝੌਤਾ ਹੋਇਆ ਹੋਵੇ ਉਹ ਸਮਝੌਤੇ ਨੂੰ ਐਗਰੀਮੈਂਟ ਨੂੰ ਪੰਜਾਬ ਇਕੱਲਾ ਇੱਕ ਤਰਫਾ ਤੌਰ ਤੇ ਤੋੜ ਸਕਦਾ ਕਿ ਨਹੀਂ ਤੋੜ ਸਕਦਾ ਸੁਪਰੀਮ ਕੋਰਟ ਕਹਿੰਦੀ ਆ ਕਿ ਨਹੀਂ ਤੋੜ ਸਕਦਾ ਹਾਂਜੀ رائے ਮੰਗੀ ਸੀ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਦੇ ਲਈ ਇਹਨਾਂ ਨੇ رائے ਦਿੱਤੀ ਰਾਸ਼ਟਰਪਤੀ ਨੂੰ ਰਾਸ਼ਟਰਪਤੀ ਅੱਗੂ ਭੇਜ ਦੇਗਾ ਕੇਂਦਰ ਸਰਕਾਰ ਨੂੰ ਫਿਰ ਮੋਦੀ ਸਾਹਿਬ ਦੀ ਮਰਜ਼ੀ ਹੈ ਪ੍ਰਧਾਨ ਮੰਤਰੀ ਦੀ ਉਸ ਰਾਏ ਦੇ ਮੁਤਾਬਿਕ ਨਹਿਰ ਬਣਾਉਣੀ ਹੈ ਕਿ ਨਹੀਂ ਬਣਾਉਣੀ ਪਾਣੀ ਦੇਣਾ ਹੈ ਕਿ ਨਹੀਂ ਦੇਣਾ ਜੇ ਤਾਂ ਮੋਦੀ ਇਹ ਸਮਝੇ ਕਿ ਪੰਜਾਬ ਚ ਇਕੱਲੀ ਭਾਜਪਾ ਸਰਕਾਰ ਭਾਜਪਾ ਸ਼ਾਮਿਲ ਹੈ ਤੇ ਅਸੀਂ ਬਚਾਉਣੀ ਆ ਜੀ ਤੇ ਉਹ ਕਹਦੇਗਾ ਅਸੀਂ ਨਹਿਰ ਨਹੀਂ ਬਣਾਉਦੇ ਹੂੰ ਹੂੰ ਤੇ ਜੇ ਇਹ ਸਮਝੇ ਭਾਜਪਾ ਸ਼ਾਮਿਲ ਹੈ ਭਾਜਪਾ ਦੀ ਆਪਣੀ ਸਰਕਾਰ ਥੋੜੀ ਆ ਦੋਵੇਂ ਪਾਸੇ ਰਾਜਸਥਾਨ ਚ ਵੀ ਤੇ ਹਰਿਆਣਾ ਚ ਵੀ ਸਾਡੀਆਂ ਆਪਣੀਆਂ ਸਰਕਾਰਾਂ ਨੇ ਭਾਜਪਾ ਕੱਲੀ ਦੀਆਂ ਜੀ ਫਿਰ ਆਖੇ ਨਹਿਰ ਬਣਾਉਣੀ ਆ ਪੀ ਪੰਜਾਬ ਚ ਕਾਲੀ ਸੜਕ ਸਵਾਰ ਹੁੰਦੇ ਤੇ ਹੋ ਜਾਣ ਫਿਰ ਕੀ ਫਰਕ ਪੈਂਦਾ ਆਪਣੀਆਂ ਦੋ ਸਰਕਾਰਾਂ ਉਧਰ ਲੀਆਂ ਵਿਚਾਲਾਂਗੇ ਫਿਰ ਇਸ ਤਰ੍ਹਾਂ ਦਾ ਫੈਸਲਾ ਵੀ ਕਰ ਸਕਦਾ ਪਰ ਇਹਦੇ ਤੇ ਫੈਸਲਾ ਹੀ ਕੋਈ ਨਹੀਂ ਪਾਣੀਆਂ ਦਾ ਫੈਸਲਾ 2004 ਚ ਆ ਗਿਆ ਸੀ ਉਹ ਫੈਸਲਾ ਐਸ ਤਰ੍ਹਾਂ ਇੰਪਲੀਮੈਂਟ ਕਰਨਾ ਕਿ ਨਹੀਂ ਕਰਨਾ ਨਹਿਰ ਬਣਾਉਣੀ ਕਿ ਨਹੀਂ ਬਣਾਉਣੀ ਇਹ ਮਸਲਾ ਨਿਰੰਦਰ ਮੋਦੀ ਕੋਲ ਹੈ ਪਰ ਇਹਨੂੰ ਸਾਰਿਆਂ ਨੇ ਵੱਡਾ ਮੁੱਦਾ ਬਣਾਤਾ ਜਿਨ੍ਹਾਂ ਨੇ ਪਹਿਲਾਂ ਲਿਖ ਕੇ ਦਿੱਤਾ ਹੋਇਆ ਕਿ ਅਸੀਂ ਪਾਣੀਆਂ ਬਾਰੇ ਸਮਝੌਤੇ ਮੰਨਾਂਗੇ ਅਮਰਿੰਦਰ ਸਿੰਘ ਨੇ ਉਦੋਂ ਹਾਜ਼ਰੀ ਭਰੀ ਸੀ ਜਦੋਂ ਇੰਦਰਾ ਗਾਂਧੀ ਪਾਣੀ ਦਾ ਟੱਕ ਲਾਉਣ ਵਾਸਤੇ ਆਈ ਸੀ ਕਿ ਨਹਿਰ ਬਣਾਉਣੀ ਹੈ ਜੀ ਉਹ ਵੀ ਕਹਿੰਦਾ ਨਹਿਰ ਨਹੀਂ ਬਣਦੇ ਨੇ ਬਾਦਲ ਸਾਹਿਬ ਨੇ 1978 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੋਂ ਨਹਿਰ ਬਣਾਉਣ ਦੀ ਸਾਈ ਫੜੀ ਸੀ ਉਹ ਵੀ ਕਹਿੰਦੇ ਨਹਿਰ ਨਹੀਂ ਬਣਦੇਣੀ ਜਦੋਂ ਸੰਤ ਲੋਂਗੋਵਾਲ ਤੇ ਰਜੀਵ ਗਾਂਧੀ ਨੇ ਸਮਝੌਤਾ ਕੀਤਾ ਜਿਹਨੂੰ ਪੰਜਾਬ ਸਮਝੌਤਾ ਕਹਿੰਦੇ ਆ ਉਹ ਚ ਆਖਿਆ ਨਹਿਰ ਬਣਾਉਣੀ ਹੈ ਤੇ ਅਗਲੀ ਚੋਣ ਲੜਨ ਲੱਗਿਆਂ ਇਹ ਸ਼ਰਤ ਰੱਖੀ ਗਈ ਇਹ ਕਾਰੀਦਲ ਦੀ ਟੈਕ ਟੋਨ ਨੂੰ ਦੇਣੀ ਆ ਜਿਹੜਾ ਪਹਿਲਾਂ ਲਿਖ ਕੇ ਦਵੇ ਕਿ ਸਮਝੌਤਾ ਲਾਗੂ ਕਰਾਂਗੇ ਤੇ ਨਹਿਰ ਬਣਾਵਾਂਗੇ ਉਹਦੇ ਉੱਤੇ ਦਸਕਰ ਕੈਪਟਨ ਨਵਿੰਦਰ ਸਿੰਘ ਨੇ ਵੀ ਕੀਤੀ ਉਦੋਂ ਕਾਲੀਆਂ ਚ ਹੁੰਦਾ ਸੀ ਜੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੀਤੇ ਹੁਣੇ ਸਾਰੇ ਉਹਦੇ ਖਿਲਾਫ ਨੇ ਜੀ ਜਦੋਂ ਇਹ ਲੰਘਿਆ ਉਹਦੇ ਬਾਅਦ ਫਿਰ ਕਹਿੰਦੇ ਚੇਤਾ ਨਹੀਂ ਕਰਨਾ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਕੇਸ ਪੰਜਾਬ ਦੇ ਪਾਣੀਆਂ ਦਾ ਲੜਨਾ ਸਾਰੇ ਪੰਜਾਬ ਚ ਵਕੀਲੀਆਂ ਨਹੀਂ ਵਕੀਲ ਲਾਇਆ ਗਿਆ ਹਰਿਆਣੇ ਦਾ ਹੂੰ ਹੂੰ ਤੇ ਉਹ ਲਾਇਆ ਹੈ ਜਿਹੜਾ ਪਹਿਲਾਂ ਹਰਿਆਣੇ ਦੀ ਸਰਕਾਰ ਦਾ ਵਕੀਲ ਰਹਿ ਚੁੱਕਾ ਤੇ ਪਾਣੀਆਂ ਦੇ ਕੇਸ ਭੁਗਤਦਾ ਰਿਹਾ ਜੀ ਜਿਹੜਾ ਬੰਦਾ ਪੰਜਾਬ ਦੇ ਖਿਲਾਫ ਪਾਣੀਆਂ ਦੇ ਕੇਸ ਭੁਗਤਦਾ ਰਿਹਾ ਵਕੀਲ ਉਹਨਾਂ ਚੋਂ ਕੇ ਪੰਜਾਬ ਸਰਕਾਰ ਨੇ ਪੰਜਾਬ ਦਾ ਵਕੀਲ ਲਾ ਲਿਆ ਇਹ ਤਰੀਕਾ ਤੇ ਨਹੀਂ ਗਿਆ ਆਪਣੇ ਜੂਨੀਅਰ ਵਕੀਲਾਂ ਨੂੰ ਭੇਜਦਾ ਰਿਹਾ ਇਹਦੀ ਚਰਚਾ ਹੁੰਦੀ ਪਈ ਹੈ ਇਹਦੀ ਚਰਚਾ ਦੂਸਰੇ ਕਰਦੇ ਆ ਨਾ ਬਾਦਲ ਸਾਹਿਬ ਨੇ ਅੱਜ ਤੱਕ ਇਹ ਦੱਸਿਆ ਕਿ ਹਰਿਆਣੇ ਦੇ ਖਿਲਾਫ ਕੇਸ ਲੜਨ ਲਈ ਅਸੀਂ ਹਰਿਆਣੇ ਦਾ ਵਕੀਲ ਕਿਉਂ ਲਾਇਆ ਜੀ ਦੇ ਨਾਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਇੱਕ ਲੈ ਦੇ ਕੇ ਆਸ ਰੱਖੀ ਜਾਂਦੀ ਸੀ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਚੋਣ ਲੜਨੀ ਹੋਰ ਗੱਲ ਸੀ ਜੀ ਉੱਥੇ ਉਹ ਜੀਆਂ ਕੰਟਰੋਵਰਸੀਜ਼ ਨੇ ਸੀ ਜਿਹੜੀਆਂ ਪੰਜਾਬ 'ਚ ਨੇ ਬਾਕੀ ਮੁੱਦਿਆਂ ਤੇ ਕਾਫੀ ਉਹ ਬਿਆਨ ਦਿੰਦੇ ਸੀ ਇਸ ਮੁੱਦੇ ਤੇ ਉਹ ਵੀ ਚੁੱਪ ਵੱਟੀ ਬੈਠੇ ਚੁੱਪ ਐਸੋ ਜਿਹੜਾ ਤਾਂ ਲੋਕੀ ਕਹਿੰਦੇ ਦੰਦਲ ਪਈ ਇਹ ਬੋਲਦਾ ਨਹੀਂ ਜੀ ਬੋਲਣਾ ਚਾਹੀਦਾ ਉਹਨੂੰ ਹੁਣ ਉਹਦੀ ਸਮੱਸਿਆ ਇਹ ਆ ਕਿ ਜੇ ਉਹ ਦਿੱਲੀ 'ਚ ਖਲੋ ਕੇ ਇਹ ਆਖੇ ਕਿ ਪਾਣੀਆਂ ਤੇ ਪੰਜਾਬ ਦਾ ਹੱਕ ਆ ਬਾਰ ਪਾਣੀ ਦੀ ਇੱਕ ਤੱਪ ਨਹੀਂ ਦੇਣੀ ਹਾਂਜੀ ਤੇ ਦਿੱਲੀ ਦੇ ਲੋਕ ਭੜਕੇ ਆ ਕੇ ਘੇਰ ਲੈਣਗੇ ਬਿਲਕੁਲ ਤੇ ਜੇ ਇਹ ਆਖੇ ਕਿ ਦਿੱਲੀ ਦਾ ਹੱਕ ਬਣਦਾ ਪੰਜਾਬ ਵਾਲੇ ਪਾਣੀ ਕਿਦਾਂ ਰੋਕ ਸਕਦੇ ਆ ਤੇ ਫਿਰ ਪੰਜਾਬ ਚੋਂ ਦੇ ਨੂੰ ਲੁਕਾ ਕੇ ਘੇਰ ਲੈਣਾ ਕਿ ਤੂੰ ਦਿੱਲੀ ਆ ਕਹਿ ਕੇ ਆ ਦਿੱਲੀ ਵਿੱਚ 2 ਕਰੋੜ ਦੇ ਨਿਰਤੜਿਆ ਵਾਦੀ ਹੈ ਉਸ ਆਬਾਦੀ ਲਈ ਪਾਣੀ ਚਾਹੀਦਾ ਜਿਹੜਾ ਪਾਣੀ ਚਾਹੀਦਾ ਉਹ ਪਾਣੀ ਲਿਉਣਾ ਕਿੱਥੋਂ ਨੇ ਉਹਨੂੰ ਕੋਈ ਜਮਨਾ ਚੋਂ ਮਿਲਣਾ ਕੋਈ ਹਰਿਆਣਾ ਚੋਂ ਮਿਲਣਾ ਕੋਈ ਪੰਜਾਬ ਤੋਂ ਮਿਲਣਾ ਜੀ ਇਹ ਸਮਝੌਤਾ ਜਿਹੜਾ ਹੋਇਆ ਜਿਹੜਾ ਸਮਝੌਤਾ ਲਾਗੂ ਕਰਨ ਦੀ ਗੱਲ ਹੈ ਜਿਹਦੇ ਪੱਖੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਜੇ ਸਮਝੌਤਾ ਲਾਗੂ ਹੋਵੇ ਤੇ ਦਿੱਲੀ ਬਜਦੀ ਨਹੀਂ ਤੇ ਨਹੀਂ ਬਜਦੀ ਪੰਜਾਬ ਵਿੱਚ ਆ ਕੇ ਵੋਟਾਂ ਲੈਣ ਵਾਸਤੇ ਇਹ ਕਹਿਣਾ ਕਿ ਦਿੱਲੀ ਨੂੰ ਪਾਣੀ ਚਾਹੀਦਾ ਨਹੀਂਗਾ ਤੁਸੀਂ ਰੱਖ ਲਓ ਸਾਰਾ ਤੇ ਦਿੱਲੀ ਚ ਕਹਿਣਾ ਕਿ ਸਾਨੂੰ ਪਾਣੀ ਚਾਹੀਦਾ ਉਹ ਤਾਂ ਇਸ ਮੁੱਦੇ ਦੇ ਨਾਲ ਕਸੂਤਾ ਫਸ ਗਿਆ ਪਹਿਲਾਂ ਉਹ ਹਰ ਗੱਲ 'ਚ ਅੱਗੇ-ਅੱਗੇ ਚੱਲਦਾ ਸੀ ਲੋਕੀ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਜਣਾ ਹੂੰ 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 ਹੋਰ ਲੋਕੀ ਕਹਿੰਦੇ ਜੀ ਜੇ ਇਹ ਮੁੱਦਾ ਜ਼ਿਆਦਾ ਵੱਧ ਗਿਆ ਇਹ ਫਿਰ ਇਹ ਝਾੜੂ ਕੀ ਫੇਰਨਾ ਇਹਨੂੰ ਝਾੜੂ ਨਾ ਫਿਰ ਜਾਂਦਾ ਹੋਵੇ ਰਵੈਥੀ ਪਾਰਟੀਆਂ ਦੋਵਾਂ 'ਚ ਲੜਾਈ ਲੱਗ ਜਾਵੇਗੀ ਬਿਲਕੁਲ ਉਹਨੂੰ ਇਹਦੇ ਉੱਤੇ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹਾਂ ਹਾਂ ਜਾਂ ਘੱਟੋ-ਘੱਟ ਇੰਨੀ ਗੱਲ ਕਹਿ ਦਿੰਦਾ ਜੇ ਥੋੜਾ ਸਿਆਣਾ ਹੁੰਦਾ ਕਿ ਪਾਣੀਆਂ ਦੇ ਮੁੱਦੇ ਤੇ ਬਿਆਨ ਦੇਣਾ ਮੇਰਾ ਕੰਮ ਨਹੀਂ ਜੀ ਮਾਇਆ ਪਾਰਟੀ ਦਾ ਨੈਸ਼ਨਲ ਪ੍ਰੈਜ਼ੀਡੈਂਟ ਨੈਸ਼ਨਲ ਕਨਵੀਨਰ ਜੇ ਤੁਸੀਂ ਮੇਰਾ ਬਿਆਨ ਲੈਣਾ ਤੇ ਪਹਿਲਾਂ ਨਰਿੰਦਰ ਮੋਦੀ ਨੂੰ ਪੁੱਛੋ ਕਿ ਪਾਣੀ ਪੰਜਾਬ ਦਾ ਕਿ ਹਰਿਆਣੇ ਦਾ ਜੀ ਪਹਿਲਾਂ ਤੁਸੀਂ ਸੋਨੀਆ ਗਾਂਧੀ ਨੂੰ ਪੁੱਛੋ ਕਿ ਪਾਣੀ ਪੰਜਾਬ ਕੋਲ ਰਹਿਣਾ ਚਾਹੀਦਾ ਕਿ ਹਰਿਆਣਾ ਨੂੰ ਰਹਿਣਾ ਚਾਹੀਦਾ ਜਦੋਂ ਉਹ ਦੋਵੇਂ ਜਣੇ ਸਟੈਂਡ ਲੈਣਗੇ ਫਿਰ ਤੁਸੀਂ ਮੈਨੂੰ ਪੁੱਛਿਓ ਮੈਂ ਨੈਸ਼ਨਲ ਪ੍ਰੈਜ਼ੀਡੈਂਟ ਦੇ ਤੌਰ ਤੇ ਪਾਰਟੀ ਦੇ ਨੈਸ਼ਨਲ ਮੁਖੀ ਦੇ ਤੌਰ ਤੇ ਬਿਆਨ ਬਿਆਨ ਦਵਾਂ ਉਹ ਇੰਨੀ ਗੱਲ ਵੀ ਨਹੀਂ ਕਹਿ ਸਕਿਆ ਚੁੱਪ ਵੱਟ ਗਿਆ ਉਹਦਾ ਚੁੱਪ ਵੱਟ ਜਾਣਾ ਦੱਸਦਾ ਕਿ ਉਹ ਇਸ ਮੁੱਦੇ ਦੇ ਉੱਤੇ ਫਸ ਗਿਆ ਕਸੂਤਾ ਫਸ ਜਾਣ ਕਰਕੇ ਹੁਣ ਉਹਨੂੰ ਕੋਈ ਰਾਹ ਜਾਣੀ ਲੱਭ ਰਿਹਾ ਦੂਜੇ ਮਜ਼ਾਕ ਕਰਦੇ ਪੈ ਜੀ ਘਟੋ ਘਟੋ ਨੂੰ ਚੁੱਪ ਤੋੜਨੀ ਚਾਹੀਦੀ ਜੀ ਫਿਲਹਾਲ ਇਹ ਮਾਮਲਾ ਕਾਫੀ ਉਲਝਿਆ ਹੋਇਆ ਫਿਲਹਾਲ ਵੇਲੇ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਚਰਚਾ ਜਾਰੀ ਰਹੇਗੀ ਖਬਰਾਂ ਦੇਸ ਬੁਲੇਟਿਨ ਵਿੱਚ ਮੈਂ ਹਾਂ ਚਮਨ ਕੁਮਾਰ ਅੱਜ ਦੇ ਪ੍ਰੋਗਰਾਮ ਮੁੱਦੇ ਗੱਡੇ ਰਾਂ ਦੇ ਵਿੱਚ ਪਾਗਲ ਆਣ ਲਈ ਮੇਰੇ ਨਾਲ ਨੇ ਸ਼੍ਰੀ ਪੰਗਾ ਜੀ ਇਹਨੇ ਸਾਲਾਂ ਚ ਟੀਵੀ ਸੈੱਟ ਬਦਲ ਸਕਦਾ ਹੈ ਤਾ ਟੀਵੀ ਪ੍ਰੋਗਰਾਮ ਕਿਉਂ ਨਹੀਂ ਹੁਣ ਪ੍ਰਾਈਮੇਸ਼ਾ ਟੀਵੀ ਲੈ ਕੇ ਆਇਆ ਹੈ ਉਹ ਚੇਂਜ ਮੈਂ ਹਾਂ ਜਗਰਾਜ ਦੀਪ ਸਿੰਘ ਖਬਰ ਕੋਈ ਵੀ ਹੋਵੇ ਅਸੀਂ ਦੰਨਿਆ ਨਿਰਪੱਖਤਾ ਨਾਲ ਕਿਉਂਕਿ ਅਸੀਂ ਰੱਖਦੇ ਹਾਂ ਹਰ ਖਬਰ ਤੇ ਬਾਜ਼ ਨਜ਼ਰ ਤੇ ਮੈਂ ਹਾਂ ਜਤਿੰਦਰ ਪੰਨੂ ਮੁੱਦੇ ਜਾਂ ਘਟਨਾਵਾਂ ਧਾਰਮਿਕ ਜਾਂ ਇਤਿਹਾਸਕ ਖੋਲਣ ਦਾ ਕੰਮ ਸਾਡਾ ਮੈਂ ਹਾਂ ਗੁਰਪ੍ਰੀਤ ਸੰਧਵਾਲੀਆ ਤੇ ਮੈਂ ਹਾਂ ਹਰਮਨ ਸਿੰਘ ਤੇ ਤਵਾ ਜਿਵੇਂ ਅਸੀਂ ਲਾਉਂਦੇ ਆ ਕੋਈ ਨਹੀਂ ਲਾਉਂਦਾ

ਇਹ ਸੱਭਿਆਚਾਰ ਦੇ ਰੱਖ ਮੈਂ ਹਾਂ ਅਵਨੀਤ ਸਿੰਘ ਤੇਜਾ ਪ੍ਰਾਈਮ ਇਲੈਕਸ਼ਨ ਵਿੱਚ ਨੇਤਾਵਾਂ ਦੇ ਦਾਅਵੇ ਲਾ ਰਿਆਂ ਅਤੇ ਸਿਆਸੀ ਕੋਲ ਦੇ ਰੈਫਰੀ ਹਾਂ ਸੀ ਮੇਰਾ ਨਾਮ ਤੂਬਾ ਅੰਜਮ ਹਾਸ਼ਮੀ ਹਮ ਦੇਂਗੇ ਆਪਕੋ ਆਗਾਹੀ ਸਰਹੱਦ ਪਾਰ ਕੇ ਮਾਮਲਿਆਂ ਦੀ ਹਿੰਦੁਸਤਾਨ ਔਰ ਪਾਕਿਸਤਾਨ ਕੀ ਇਨ ਪ੍ਰਾਈਮ ਪਾਕਿਸਤਾਨ ਮੈਂ ਦਵਿੰਦਰ ਸਿੰਘ ਬੈਨੀਪਾਲ ਤੁਹਾਡੀ ਕਚਹਿਰੀ ਵਿੱਚ ਤੁਹਾਡੇ ਜਜ਼ਬਾਤਾਂ ਨੂੰ ਸਵਾਲ ਬਣਾ ਕੇ ਪੇਸ਼ ਕਰਦਾ ਹਾਂ ਆਪਣੇ ਮਹਿਮਾਨਾਂ ਆਗੇ ਅਸੀਂ ਦੇ ਨੇ ਹਾਂ ਤੁਹਾਡੇ ਜਜ਼ਬਾਤਾਂ ਨੂੰ ਆਵਾਜ਼ ਮਿਹਨਤ ਅਦਾਕਾਰਾਂ ਦੀ ਮਸ਼ਹੂਰੀ ਟੀਵੀ ਤੇ ਅਖਬਾਰਾਂ ਦੀ ਕਰੋਨਾ ਲਾ ਕੇ ਫਿਲਮ ਬਣੀ ਪਰ ਤੁਸੀਂ ਵੇਖ ਸਕਦੇ ਹੋ ਜਾਂ ਨਹੀਂ ਦੱਸਾਂਗੀ ਮੈਂ Kusum Prime Review ਵਿੱਚ ਮੈਂ ਆਸਪਨ ਮੰਚਾਂ ਦਾ ਖਬਰਾਂ ਦੀ ਵਧਾਵਾਂਗੇ ਰਫ਼ਤਾਰ ਫਿਲਮ ਇੰਡਸਟਰੀ ਦੀ ਵੀ ਲਾਵਾਂਗੇ ਸਾਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਹਰ ਫਨਕਾਰ ਚੰਗੇ ਦੀ ਹੋਵੇਗੀ ਪ੍ਰਸ਼ੰਸਾ ਤੇ ਮਾੜੇ ਤੇ ਵੀ ਕਰਾਂਗੇ ਵਿਚਾਰ ਅੰਗਰੇਜ਼ ਤੇ ਅਦਾਸ ਵਰਗੀਆਂ ਸੁਪਰ ਹਿੱਟ ਫਿਲਮਾਂ ਨਾਲ पंजाबी फिल्म इंडस्ट्री चेंज करने तो बाद कर लेके आए टीवी की दुनिया चेंज प्राइम एशिया टीवी तो सहयोग ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਚਰਚਾ ਅੱਗੇ ਵਿਧਾਉਣੇ ਆ ਪੰਨੂ ਸਾਹਿਬ ਪਾਕਿਸਤਾਨ ਤੋਂ ਇੱਕ ਖਬਰ ਆ ਰਹੀਆਂ ਨੇ ਕਿ ਇਰਾਕ ਵਾਲੀ ਆਈਐਸ ਜੱਥੇਬੰਦੀ ਉੱਥੇ ਜੜ੍ਹਾਂ ਜਮਾਈ ਜਾ ਰਹੀ ਹੈ ਇਹਨਾਂ ਖਬਰਾਂ ਦਾ ਕੀ ਆਧਾਰ ਤੁਸੀਂ ਸਮਝਦੇ ਹੋ ਤੇ ਇਸ ਤੋਂ ਕਿੰਨਾ ਕੁ ਖਤਰਾ ਜਾਪਦਾ ਪਿਛਲੇ 1 ਸਾਲ ਦੇ ਅੰਦਰ ਅੰਦਰ ਪਾਕਿਸਤਾਨ ਦੇ ਵਿੱਚ 10 12 ਵੱਡੀਆਂ ਵਾਰਦਾਤਾਂ ਹੋ ਗਈਆਂ ਜੀ ਇੱਕ ਬੱਸ ਘੇਰ ਕੇ ਲਗਜ਼ਰੀ ਬੱਸਿਓ ਦੇ ਵਿੱਚ ਵੜ ਕੇ ਕਿੰਨੇ ਸਾਰੇ ਬੰਦੇ ਮਾਰ ਦਿੱਤੇ ਹਾਂਜੀ ਇੱਕ ਤਾ ਤੇ ਪੁਲਿਸ ਅਕੈਡਮੀ ਦੇ ਵਿੱਚ ਜਿਹੜੇ ਬੱਚੇ ਅਫਸਰ ਬਣਨ ਵਾਸਤੇ ਮਾਪਿਆਂ ਨੇ ਭੇਜੇ ਸੀ ਉਹ ਕਿੰਨੇ ਸਾਰੇ ਬੱਚੇ ਪੰਜਾਬ ਦੇ ਕੁਝ ਪਾਰ ਦਿੱਤੇ ਜੀ ਬਾਜ਼ਾਰਾਂ ਵਿੱਚ ਬੰਬ ਚੱਲੇ ਮਸਜਿਦਾਂ 'ਚ ਚੱਲੇ ਗਏ ਹੁਣ ਫੇਰ بلوچستان ਦੇ ਵਿੱਚ ਇਸ ਹਫਤੇ ਨੂਰਾਨੀ ਮਸਜਿਦ ਦੇ ਵਿੱਚ ਬੰਬ ਚੱਲ ਗਿਆ 50 ਤੋਂ ਵੱਧ ਲੋਕ ਫਿਰ ਮਰ ਗਏ ਜੀ ਇਹ ਜਿਹੜੇ ਚਿਲਾ ਰਹੇ ਨੇ ਇਨਾਂ ਦੇ ਬਾਰੇ ਪਾਕਿਸਤਾਨ ਦੀ ਸਰਕਾਰ ਐਸਪੋਡਿਕ ਘਬਰਾਹਟ ਵਿੱਚ ਹੂੰ ਮੁਸੀਬਤ ਇਹ ਪਾਕਿਸਤਾਨ ਨੇ ਆਪ ਸੇੜੀ ਜਦੋਂ ਅੱਜ ਤੋਂ 40 ਇੱਕ ਸਾਲ ਪਹਿਲਾਂ 38 ਸਾਲ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਹਾਲਾਤ ਬਦਲੇ ਤੇ ਉੱਥੇ ਇੱਕ ਕਮਿਊਨਿਸਟ ਪੱਕੀ ਸਰਕਾਰ ਬਣੀ ਉਹ ਕਮਿਊਨਿਸਟ ਪੱਕੀ ਸਰਕਾਰ ਨੂੰ ਉਲਟਾਉਣ ਵਾਸਤੇ ਅਮਰੀਕਾ ਵਾਲਿਆਂ ਦੇ ਕਹਿਣ ਤੇ ਇਹਨਾਂ ਨੇ ਆਪ ਆਖਿਆ ਕਿ ਜਿਹੜੇ ਧਰਮ ਨੂੰ ਮੰਨਦੇ ਆ ਗੈਰ ਧਰਮੀਆਂ ਦਾ ਦੇਸ਼ ਛੱਡ ਕੇ ਤੇ ਪਾਕਿਸਤਾਨ ਚ ਆ ਜਾਓ ਸ਼ਰਨਾਰਥੀ ਬਣ ਜੋ ਰੋਟੀ ਟੁਕ ਕਸੀ ਦਿਆਂਗੇ ਥੋ ਮਜਾਹਿਦਿਨ ਤਿਆਰ ਕਰੋ ਜੀ ਤੇ ਆਪਾਂ ਅਫਗਾਨਿਸਤਾਨ ਚ ਲੜਾਈ ਲੜਦਿਆਂ ਉਹਨਾਂ ਨੂੰ ਕੱਟੜਪੰਥੀ ਜਨੂਨ ਦੀ ਪੁੱਠ ਦਿੱਤੀ ਗਈ ਹੂੰ ਹੂੰ ਉਹਦਾ ਨਤੀਜਾ ਇਹ ਨਿਕਲਿਆ ਕਿ ਹੌਲੀ 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 ਉਹ ਜਨੂਨੀ ਜਿਹੜੇ ਸੀ ਇਸ ਤਰ੍ਹਾਂ ਦੇ دہشت ਗਰਦੀ ਵਾਲੇ ਪਾਸੇ ਨੂੰ ਤੁਰ ਗਏ ਕਿ دہشت ਗਰਦੀ ਸਾਰੇ ਪਾਸੇ ਫੈਲਣ ਲੱਗ ਪਈ ਜਦੋਂ ਉਹਨਾਂ ਚ ਇਹ ਆ ਗਿਆ ਕਿ ਹੈਦਰੀ ਝੰਡਾ ਇਸਲਾਮੀ ਝੰਡਾ ਅਸੀਂ ਦੁਨੀਆ ਤੇ ਫੈਲਾਉਣਾ ਜੀ ਜਨਰਲ ਜ਼ਿਆਰ ਹਕ ਫੌਜੀ ਜਨਰਲ ਸੀ ਅਮਰੀਕਾ ਵਾਲਾਂ ਦੇ ਵੀ ਨੇੜੇ ਸੀ। ਉਹਦੇ ਵਕਤ ਇੱਕ ਉਥੇ ਇਸਲਾਮੀਆਂ ਯੂਨੀਵਰਸਿਟੀ ਉਹ ਜੀ ਬਣ ਗਈ ਜਿਹਦੇ ਵਿੱਚ ਸਿਰਫ ਜਨੂਨ ਪੜਾਇਆ ਜਾਂਦਾ ਸੀ। ਹਾਂਜੀ। ਦੇਸ਼ਗਰਦ ਤਿਆਰ ਕੀਤੇ ਜਾਂਦੇ ਸੀ। ਉਦੋਂ ਕਿਸੇ ਦੇਸ਼ ਨੇ ਰੋਕਿਆ ਨਹੀਂ ਪਾਕਿਸਤਾਨ ਦੀਆਂ ਸਰਕਾਰਾਂ ਵੀ ਇਹ ਸਮਝਦੀਆਂ ਸੀ ਕਿ ਅਸੀਂ ਲੜਾਕੇ ਤਿਆਰ ਕਰਨੇ ਆ ਉਹ ਭਾਰਤ ਵਿੱਚ ਜਾ ਕੇ ਲੜਦਗੇ ਉਹ ਅਫਗਾਨਿਸਤਾਨ ਚ ਲੜਦਗੇ ਲੋੜ ਪਈ ਕਿਸੇ ਹੋਰ ਦੇਸ਼ ਚ ਲੱਜਣਗੇ ਆਪਾਂ ਤਾਂ ਤਮਾਸ਼ਾ ਹੀ ਵੇਖਣਾ ਤੇਲੀ ਬਾਲ ਕੇ। ਹੂੰ ਹੂੰ। ਹਾਲਾਤ ਬਦਲ ਗਏ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਟਾਵਰਾਂ ਦੇ ਉੱਤੇ ਦੋ ਜਹਾਜ਼ ਮਾਰੇ ਗਏ ਉਹ ਜਹਾਜ਼ ਮਾਰਨ ਤੋਂ ਬਾਅਦ ਅਮਰੀਕਾ ਵਾਲੇ ਤਟਫੇ ਉਹਨਾਂ ਨੇ ਅਫਗਾਨਿਸਤਾਨ ਤੇ ਹਮਲਾ ਕਰਤਾ ਹਾਂਜੀ ਅਫਗਾਨਿਸਤਾਨ ਤੇ ਜਿਹੜੇ ਪਾਕਿਸਤਾਨ ਦੇ ਹੱਥ ਠੋਕੇ ਸੰਤਾਲੀਬਾਨ ਵਾਲੇ ਉੱਥੋਂ ਭੱਜੇ ਤੇ ਪਾਕਿਸਤਾਨ ਚ ਆ ਗਏ ਹੂੰ ਹੁਣ ਜਿਨ੍ਹਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਸਿਰਫ ਲੜਨਾ ਆਉਂਦਾ ਜਨੂਨੀ ਗੱਲਾਂ ਕਰਨੀਆਂ ਆਉਂਦੀਆਂ ਉਹਨਾਂ ਇੱਥੇ ਆ ਕੇ ਕੰਪਿਊਟਰ ਥਰੋੜਾ ਚਲਾਉਣੇ ਸੀ ਉਹ ਫਿਰ ਇਸ ਕੰਮ ਲੱਗ ਗਏ ਉਹਨਾਂ ਨੂੰ ਪਾਕਿਸਤਾਨ ਦੀਆਂ ਖੁਫੀਆ ਏਜੰਸੀਆਂ ਭਾਰਤ ਦੇ ਖਿਲਾਫ ਤੋਰਦੀਆਂ ਰਹੀਆਂ ਉਹ ਮੋੜਾ ਕੱਟ ਕੇ ਫਿਰ ਵਾਪਸ ਜਾ ਕੇ ਆਪਣਾ ਕੰਮ ਛੋਧੁੰਦੇ ਰਹੇ ਬਿਲਕੁਲ ਉਹਨਾਂ ਚੋਂ ਕਈ ਗਰੁੱਪ ਬਣ ਗਏ ਇੱਕ ਤਾਲਿਬਾਨ ਦਾ ਗਰੁੱਪ ਜਿਹੜਾ ਅਮਰੀਕਾ ਦੇ ਖਿਲਾਫ ਅਫਗਾਨਿਸਤਾਨ ਜਾ ਕੇ ਲੜਦਾ ਇੱਕ ਗਰੁੱਪ ਇਹੋ ਜ ਜਿਹਨੂੰ ਟੀਟੀਪ ਕਹਿੰਦੇ ਆ ਤਹਿਰੀਕੇ ਤਾਲਿਬਾਨ ਪਾਕਿਸਤਾਨ ਜੀ ਉਹ ਪਾਕਿਸਤਾਨ ਦੀ ਸਰਕਾਰ ਦੇ ਖਿਲਾਫ ਹੀ ਲੜਨ ਲੱਗ ਪਿਆ ਕਿ ਤੁਸੀਂ ਸਾਡਾ ਮੁਸਲਮਾਨਾਂ ਨੂੰ ਨੁਕਸਾਨ ਕਰ ਦਿੱਤਾ ਅਸੀਂ ਤੇ ਇਸਲਾਮ ਦਾ ਝੰਡਾ ਬਹੁਤ ਉੱਚਾ ਕਰਦੇ ਨੇ ਤੁਸੀਂ ਇਹਦੇ ਬੰਦੇ ਨੇ ਕੰਮੇ ਜੀ ਇਹਦੇ ਵਿੱਚੋਂ ਹੀ ਜਿਹੜਾ ਆਈਐਸ ਆਈਐਸ ਪੈਦਾ ਹੋਇਆ ਇਰਾਕ ਵਿੱਚ ਲੜਨ ਵਾਸਤੇ ਉਹਨਾਂ ਦਾ ਲੀਡਰ ਅਬੂ ਬਕਰ ਅਲ ਬਗਦਾਦੀ ਕਿਸੇ ਵਕਤ ਪਾਕਿਸਤਾਨ ਦੇ ਐਬਟਾਬਾਦ ਫੌਜੀ ਸ਼ੌਣੀ ਦੇ ਕੋਲ ਸਭ ਤੋਂ ਵੱਡੇ ਟੈਰਰਿਸਟ ਉਸਾਮਾ ਬਿੰਲਾਦਨ ਦੇ ਗੋਡੇ ਕੋਲ ਬਹਿ ਕੇ ਪੜ ਕੇ ਤੇ ਅਤਵਾਦੀ ਬਣਿਆ ਅੱਛਾ ਉਹਨੇ ਬਣਿਆ ਹੂੰ ਜਦੋਂ ਉਸਾਮਾ ਬਿੰਲਾਦਨ ਮਰ ਗਿਆ ਉਸ ਦਿਨ ਬਗਦਾਦੀ ਬਾਅਦ ਸੀ ਬਗਦਾਦੀ ਉੱਥੋਂ ਭੱਜ ਗਏ ਨੇ ਹੋੜੀ ਹੋੜੀ ਆਪਣਾ ਗਰੁੱਪ ਜੋੜਿਆ ਇਰਾਕ ਤੇ ਜਾ ਕੇ ਕਬਜ਼ਾ ਕਰ ਲਿਆ ਆਈਐਸ ਆਈਐਸਓ ਦਾ ਨਾਂ ਰੱਖ ਲਿਆ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਫਿਰ ਆਈਐਸਆਈਐਲ ਕਰ ਦਿੱਤਾ ਅਖੀਰਲੇ ਸੀਰੀਆ ਦੀ ਥਾਂ ਲਿਵਾਨਤ ਕਰਤਾ ਲਿਵਾਨ ਦੇ ਵਿੱਚ ਪੰਜ ਛੇ ਦੇਸ਼ ਆਉਂਦੇ ਨੇ ਜੀ ਉਹ ਕਹਿੰਦੇ ਸੀ ਅਸੀਂ ਤਾਂ ਸਾਰੀ ਦੁਨੀਆ ਤੇ ਇਸਲਾਮ ਦਾ ਝੰਡਾ ਚੁਲਾ ਦੇਣਾ ਹੁਣ ਉੱਥੇ ਕੁੱਟ ਪੈਣ ਲੱਗ ਪਈ ਜਦੋਂ ਉੱਥੇ ਕੁੱਟ ਪਈ ਤਾਂ ਫਿਰ ਪਿੱਛੇ ਆਉਣਾ ਪਏਗਾ ਹੂੰ ਹੂੰ ਬਗਦਾਦੀ ਉੱਥੋਂ ਮਸੂਲ ਚ ਭੱਜ ਗਿਆ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਰਹਿ ਗਿਆ ਇੱਥੇ ਉਹਦਾ ਗਰੁੱਪ ਜਿਹੜਾ ਪਹਿਲਾਂ ਦਾ ਕਾਇਮ ਹੋਇਆ ਸੀ ਗਰੁੱਪਾ ਦੇ ਕਾਇਮ ਉਸ ਗਰੁੱਪਤ ਦੀਆਂ ਤੜਾਵਾਂ ਆਈਐਸਆਈ ਜਿਹੜੀ ਖੁਫੀਆ ਏਜੰਸੀ ਹੈ ਪਾਕਿਸਤਾਨ ਦੀ ਉਹ ਖੁਫੀਆ ਏਜੰਸੀ ਵੀ ਖਿੱਚਦੀ ਆ ਜੀ ਪਾਕਿਸਤਾਨ ਦੀ ਫੌਜ ਵੀ ਖਿੱਚਦੀ ਆ ਪਰ ਸਾਰੇ ਦੇ ਸਾਰੇ ਹੌਲੀ ਹੌਲੀ ਇੱਥੇ ਪਹੁੰਚ ਗਿਆ ਇਸ ਹਫਤੇ ਦੀਆਂ ਦੋ ਤਿੰਨ ਘਟਨਾਵਾਂ ਖਾਸ ਤੌਰ ਤੇ ਨੂਰਾਨੀ ਮਸਜਿਦ ਵਾਲੇ ਮਾਮਲੇ ਤੋਂ ਬਾਅਦ ਜਿਵੇਂ ਹੁਣ ਤੱਕ तहरीक-ਏ- taleban ਪਾਕਿਸਤਾਨ ਅਲ ਕਾਇਦਾ ਵਗੈਰਾ ਵਗੈਰਾ ਉਹ ਜਿਵੇਂ ਵਾਰੀ ਲੈਂਦੇ ਸੀ ਆ ਵਾਰਦਾਤ ਅਸੀਂ ਕੀਤੀ ਇੱਥੇ ਗੋਲੀ ਅਸਾ ਚ ਲਾਈ ਇੱਥੇ ਬੰਬ ਅਸਾ ਚ ਲਾਇਆ ਹੂੰ ਹੂੰ ਇਹ ਪਹਿਲੀ ਵਾਰ ਆ ਕਿ ਆਈਐਸ ਆਈਐਸ ਨੇ ਖੁੱਲੇ ਤੌਰ ਦੇ ਉੱਤੇ ਪਾਕਿਸਤਾਨ ਚ ਹੋਈ ਕਿਸੇ ਵਾਰਦਾਤ ਜਿੱਚ 52 ਬੰਦੇ ਮਰ ਗਏ ਉਦ ਜਮੂਰੀ ਲਈ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਇਸ ਗੱਲ ਦੀ ਘਬਰਾਹਟ ਹੈ ਕਿ ਜਿਹੜੀ ਜਥੇਬੰਦੀ ਨੇ ਹੁਣ ਤੱਕ ਇਰਾਕ ਦੇ ਵਿੱਚ ਜਾ ਕੇ ਇਰਾਕ, ਸੀਰੀਆ, ਅਮਰੀਕਾ, ਰੂਸ ਸਾਰਿਆਂ ਨੂੰ ਭਾਜੜ ਪਾਈ ਸੀ ਜੀ ਉੱਥੋਂ ਕੁੱਟ ਖਾ ਕੇ ਭਾਵੇਂ ਵਾਪਸ ਵੀ ਆ ਗਏ ਪਰ ਵਾਪਸ ਆਉਣ ਤੋਂ ਬਾਅਦ ਜਥੇਬੰਦੀ ਤੇ ਬਹੁਤ ਤਗੜੀ ਹੈ ਤੇ ਉਹਦੀਆਂ ਜਿਹੜਾਂ ਇੱਥੇ ਵੀ ਆ ਹੂੰ ਹੂੰ ਕੋਈ ਵਕਤ ਸੀ ਸਾਡੇ ਇੰਡੀਆ ਚੋਂ ਵੀ ਬੱਚੇ ਉੱਥੇ ਉਹਦੇ ਵਿੱਚ ਸ਼ਾਮਲ ਹੋਣ ਲੱਗ ਪਏ ਸੀ ਜੀ ਆਸਟ੍ਰੇਲੀਆ ਚੋਂ ਆਉਣ ਲੱਗ ਪਏ ਸੀ ਜਰਮਨੀ ਚੋਂ ਆਏ ਸੀ ਇੰਗਲੈਂਡ ਚੋਂ ਆਏ ਸੀ ਅੱਜ ਉਹ ਜਥੇਬੰਦੀ ਆਪਣਾ ਉਥੋਂ ਵਾਲਾ ਆਧਾਰ ਗਵਾ ਗਈ ਹੈ ਉਥੇ ਕੁਰਦ ਫੌਜੀਆਂ ਵੀ ਤੇ ਇਰਾਕ ਦੀਆਂ ਆਫੀਸ਼ੀਅਲ ਫੌਜੀਆਂ ਵੀ ਕੁਰਦ ਇਰਾਕ ਦਾ ਇੱਕ ਹਿੱਸਾ ਹੀ ਨੇ ਜੀ ਜੀ ਪਰ ਕੁਰਦ ਬਾਕੀ ਇਰਾਕ ਦੇ ਨਾਲ ਮਿਲ ਕੇ ਨਹੀਂ ਲੜਦੇ ਕਿਉਂਕਿ ਉਹਨਾਂ ਦੇ ਪੁਰਾਣਾ ਟਕਰਾਅ ਚੱਲਦਾ ਪਿਆ ਹੂੰ ਹੂੰ ਉਹ ਸਾਰੇ ਦੇ ਸਾਰੇ ਆਈਐਸਆਈਸ ਦੇ ਖਿਲਾਫ ਜਿਸ ਤਰ੍ਹਾਂ ਲੱਗੇ ਨੇ ਉਥੇ ਉਹਨਾਂ ਦਾ ਰਹਿਣਾ ਔਖਾ ਹੁੰਦਾ ਜਾਂਦਾ ਪਰ ਜੇ ਉਹ ਨਾ ਰਹਿਣਗੇ ਕਿਤੇ ਨਾ ਕਿਤੇ ਜਾ ਕੇ ਤਾਂ ਟਿਕਣਗੇ ਨਾ ਉਹ ਕਿਤੇ ਨਾ ਕਿੱਥੇ ਜਾ ਕੇ ਟਿਕਣਗੇ ਅੱਗੇ ਹੁੰਦਾ ਸੀ ਕੁਝ ਦੇਸ਼ ਇਹਨਾਂ ਨੂੰ ਪਨਾਹ ਦੇ ਦਿੰਦੇ ਉਹ ਸਾਡੇ ਕੋਲ ਆਜੋ ਹੁਣ ਪਨਾਹ ਕੋਈ ਨਹੀਂ ਦੇ ਰਿਆ ਪਾਕਿਸਤਾਨ ਨੇ ਪਨਾਹ ਦਿੱਤੀ ਉਹ ਫਸ ਗਿਆ ਜੀ ਚੀਨ ਨੇ ਆਪਣੀ ਵੈਸਟਰਨ ਸਟੇਟ ਸਿੰਕਿਆੰਗ ਦੇ ਵਿੱਚ ਇੱਕ ਮੌਕੇ ਤੇ ਪਨਾਹ ਦਿੱਤੀ ਸੀ ਅੱਤਵਾਦੀਆਂ ਪਰ ਅੱਤਵਾਦੀ ਸਵਾਏ ਜਨੂਨ ਤੋਂ ਤੇ ਗੋਲੀਆਂ ਚਲਾਉਣ ਤੋਂ ਹੋਰ ਕੋਈ ਜਾਣਦੇ ਨਹੀਂ ਸੀ ਜੀ ਵਿੱਚ ਖਬਰ ਇਹ ਵੀ ਆਈ ਸੀ ਕਿ ਬਗਦਾਦੀ ਹੁਣ ਖਤਮ ਹੋਣ ਵਾਲਾ ਹੈ ਨਹੀਂ ਨਹੀਂ ਇਹ ਇਹ ਤਾਂ ਇਦਾਂ ਦੀਆਂ ਗੱਲਾਂ ਹੋ ਸਕਦਾ ਖਤਮ ਹੋ ਹੀ ਚੁੱਕਾ ਹੋਵੇ ਜੀ ਜੀ ਇਹੋ ਜੀਆਂ ਖੁਫੀਆ ਏਜੰਸੀਆਂ ਦਾ ਪਤਾ ਨਹੀਂ ਲੱਗਦਾ ਹੁੰਦਾ ਹਮ ਅਲ ਕਾਇਦਾ ਦਾ ਮੁਖੀ ਹੁੰਦਾ ਸੀ ਮੁਲਾ ਉਮਰ ਮੁਲਾ ਉਮਰ ਦੀਆਂ ਅਸੀਂ ਆਡੀਓ ਸੁਣਦੇ ਰਹੇ ਹੁਣ ਸਾਨੂੰ ਕਿਹੜੀ ਉਹਦੀ ਭਾਸ਼ਾ ਆਉਂਦੀ ਅਸੀਂ ਕਹਿੰਦੇ ਹੁਸੇ ਦੀ ਹੈ ਪਰ ਜਿਨ੍ਹਾਂ ਨੂੰ ਭਾਸ਼ਾ ਆਉਂਦੀ ਸੀ ਉਹ ਵੀ ਸਮਝਦੇ ਸੀਗੇ ਕਿ ਬਾਜੂਦੀ ਹੈ ਹੂੰ ਹੂੰ ਤੇ ਬਾਅਦ ਵਿੱਚ ਪਤਾ ਲੱਗਾ ਐਸ ਸਾਲ ਜੂਨ ਜੁਲਾਈ ਦੇ ਨੇੜੇ ਆ ਕੇ ਕਿ ਉਹਨਾਂ ਤੋਂ ਬਾਰੇ ਨੇ 2 ਸਾਲ ਹੋ ਗਏ ਜੀ ਤੇ ਪਾਕਿਸਤਾਨ ਦੀ ਸਰਕਾਰ ਵੀ ਅਮਰੀਕਾ ਵਾਲਿਆਂ ਦਾ ਨਾਲੇ ਦਿੱਤਾ ਖਾਂਦੀ ਰਹੀ ਨਾਲੇ ਉਹਨਾਂ ਅੱਗੇ ਝੂਠ ਬੋਲਦੀ ਰਹੀ ਹੂੰ ਹੂੰ ਕਿ ਅਸੀਂ ਉਮਲਾ ਮੋਰ ਨੂੰ ਲੱਭਦੇ ਪਿਆ ਬਾਅਦ ਵਿੱਚ ਪਤਾ ਲੱਗਾ ਕਿ 2 ਸਾਲ ਪਹਿਲਾਂ ਇਹਨਾਂ ਦੇ ਪਾਕਿਸਤਾਨ ਸਰਕਾਰ ਦੇ ਇੱਕ ਸਰਕਾਰੀ ਹਸਪਤਾਲ 'ਚ ਉਹਦਾ ਇਲਾਜ ਹੁੰਦਾ ਸੀ ਤੇ ਉੱਥੇ ਮਰਿਆ ਤੇ ਇਹ ਵੀ ਗੱਲ ਖੁੱਲ੍ਹ ਇਸ ਕਰਕੇ ਗਈ ਕਿ ਹਲ ਕਾਇਦਾ ਦੇ ਵਿੱਚ ਅੱਗੋਂ ਸਰਦਾਰੀ ਦਾ ਸਵਾਲ ਹੋ ਗਿਆ ਕਿ ਉਹਦੀ ਥਾਂ ਦੇ ਉੱਤੇ ਅਸੀਂ ਸਰਦਾਰ ਕਿਹਨੂੰ ਬਣਾਈਏ ਦੋ ਜਣੇ ਹੋ ਗਏ ਇੱਕ ਉਹਦਾ ਸਾਥੀ ਸੀ ਦੂਸਰੇ ਗਰੁੱਪ ਵਾਲਿਆਂ ਨੇ ਉਹਦੇ ਮੁੰਡੇ ਨੂੰ ਲਿਆਂਦਾ ਕਿ ਇਹਨੂੰ ਅਸੀਂ ਹਲਕਾ ਦਾ ਮੁਖੀ ਬਣਾਉਣਾ ਮੁੰਡਾ ਜੇ ਨਵਾਲਿਆ ਛੋਟਾ ਉਹਨੂੰ ਬਣਾਉਣ ਲੱਗ ਪਏ ਉਹਨਾਂ ਦੋਵਾਂ ਦੇ ਟਕਰਾਅ ਤੋਂ ਗੱਲ ਨਿਕਲ ਗਈ ਜਿਹੜੀ ਪਾਕਿਸਤਾਨ ਦੀ ਖੁਫੀਆ ਏਜੰਸੀ 2 ਸਾਲ ਤੱਕ ਇਸ ਗੱਲ ਨੂੰ ਲੁਕਾ ਗਈ ਕਿ ਮੁੱਲਾ ਉਮਰ ਮਰ ਗਿਆ ਤੇ ਉਹਦਾ ਹਾਲਾਜ ਵੀ ਆਪ ਕਰਾਉਂਦੇ ਰਹਿ ਉਹ ਬਾਕੀ ਗੱਲਾਂ ਦਾ ਪ੍ਰਬੰਧ ਕਿਉਂ ਨਾ ਕਰਨਗੇ ਜੀ ਪਰ ਹੁਣ ਇਰਾਕ ਦੇ ਵਿੱਚੋਂ ਵੇਦੀ ਹੋਈ ਜਿਹੜੀ ਆਈਐਸ ਆਈਐਸ ਦੀ ਸਾਰੀ ਫੋਰਸ ਹੈ ਉਹ ਜਦੋਂ ਪਾਕਿਸਤਾਨ ਤੇ ਆਵੜੀ ਤੇ ਇਹਨਾਂ ਤੋਂ ਸਵਾਰਣੀ ਕਾਫੀ ਔਖੀ ਹੋ ਜਣੀ ਆ ਆ ਪਿਛਲੇ ਦਿਨਾਂ ਦੀਆਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ 'ਚ ਇਸ ਗੱਲ ਦੀ دہشت ਮਹਿਸੂਸ ਕੀਤੀ ਜਾ ਰਹੀ ਹੈ ਸਿਆਸੀ ਪਾਰਟੀਆਂ ਵਿੱਚ ਵੀ دہشت ਉਹ ਸਮਝਦੇ ਆ ਕਿ ਉੱਥੋਂ ਵਾਲੇ ਤਾਂ ਭੱਜ ਕੇ ਦੂਸਰੇ ਦੇਸ਼ਾਂ ਜਾਵੜੇ ਸੀ ਅਸੀਂ ਤਾਂ ਆਂਡ ਗਵਾਂਡ ਕੋਈ ਦੇਸ਼ ਇਹੋ ਜਿਹਾ ਰੱਖਿਆ ਨਹੀਂ ਜਿੱਦਣਾ ਬਣਦੀ ਹੋਵੇ ਲੁਕਣਾ ਕਿੱਥੇ ਜਾ ਕੇ ਆ ਲੁਕਣ ਨੂੰ ਥਾਵਾਂ ਲੱਭਣਾ ਔਖਾ ਹੋਣਾ ਜੀ প্রোগ্রাম জারি রাহেগাজি পারে বেলা এক ব্রেক দা লান্যাক ছোটা যা ব্রেক মাদি হাজরা জাজদা মিচার ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੋ ਪੰਨੋਸੋ ਐਕਟਰ ਸਲਮਾਨ ਖਾਨ ਦਾ ਜੋ ਸ਼ਿਕਾਰ ਖੇਡਣ ਵਾਲਾ ਕੇਸ ਸੀ ਹਾਈ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਤੇ ਕੇਸ ਪਹੁੰਚ ਗਿਆ ਸੁਪਰੀਮ ਕੋਰਟ ਹੁਣ ਇਸ ਕੇਸ ਵਿੱਚ ਹੋਰ ਕੀ ਖਾਸ ਹੋ ਸਕਦਾ ਸਲਮਾਨ ਖਾਨ ਦੇ ਕੋਲ ਪੈਸਾ ਬਹੁਤ ਜੀ ਅੱਧੀ ਰਾਤ ਨੂੰ ਸ਼ਰਾਬ ਪੀ ਕੇ ਨਿਕਲਿਆ ਫੁੱਟਪਾਥ ਤੇ ਸੁੱਤੇ ਲੋਕਾਂ ਤੇ ਗੱਡੀ ਚੜਾਤੀ ਕਈ ਸਾਲ ਕੇਸ ਚੱਲਦਾ ਰਿਹਾ ਸਜ਼ਾ ਹੋ ਗਈ ਹਾਈ ਕੋਰਟ ਚ ਗਿਆ 10 ਮਿੰਟ ਨਹੀਂ ਲੱਗੇ ਬਰੀ ਹੋ ਗਿਆ ਜੀ ਕਿ ਸੁਪਰੀਮ ਕੋਰਟ ਚ ਆ ਗਿਆ ਇਹ ਇੱਕ ਵਾਰੀ ਸ਼ੂਟਿੰਗ ਕਰਨ ਰਾਜਸਥਾਨ ਚ ਗਿਆ ਅੱਧੀ ਰਾਤ ਨੂੰ ਉਸ ਇਲਾਕੇ ਚ ਸ਼ਿਕਾਰ ਖਾਣ ਚਲਾ ਗਿਆ ਜਿੱਥੇ ਸ਼ਿਕਾਰ ਦੀ ਮਨਾਇ ਸੀ ਉੱਥੇ ਬਿਸ਼ਨੋਈ ਪਾਈਚਰੇ ਦੇ ਲੋਕ ਰਹਿੰਦੇ ਆ ਤੇ ਬਿਸ਼ਨੋਈ ਆਪ ਪੱਕੇ ਵੈਸ਼ਨੂ ਨੇ ਜੀ ਤੇ ਜਿਹੜੇ ਜੰਗਲੀ ਜੀਵ ਆ ਇਹਨਾਂ ਦੀ ਸੰਭਾਲ ਉਹ ਬਹੁਤ ਕਰਦੇ ਆ ਆਪਣੇ ਬੱਚਿਆਂ ਵਾਂਗ ਕਰਦੇ ਆ ਉਹ ਇਹਨਾਂ ਦਾ ਸ਼ਿਕਾਰ ਨਹੀਂ ਖਾਣਦੇ ਹੂੰ ਹੂੰ ਉਹਨਾਂ ਨੇ ਫੜ ਲਿਆ ਥਾਣੇ ਗੱਲ ਚਲੇਗੀ ਤਣੇ ਜਾਣ ਤੋਂ ਬਾਅਦ ਕੇਸ ਬਣਿਆ ਇਹ ਸੀਗਾ ਇਹਦੇ ਨਾਲ ਦੋ ਤਿੰਨ ਐਕਟਰਸਾਂ ਵੀ ਸੀ ਜੀ ਸੋਨਾਲੀ ਬੇਂਦਰੇ ਵੀ ਸੀ ਹੋਰ ਵੀ ਸੀ ਇਹਨਾਂ ਸਾਰਿਆਂ ਤੇ ਕੇਸ ਬਣਿਆ ਇਹ ਆਪ ਹੱਲਾਸ਼ੀਰੀ ਦੇ ਦੇ ਕੇ ਸਲਮਾਨ ਨੂੰ ਕਹਿੰਦੀ ਅਸੀਂ ਉਹ ਜਾਂਦਾ ਜਾਨਵਰ ਮਾਰ ਪਿਛੇ ਹਟ-ਹਟ ਕੇ ਗੋਲੀਆਂ ਮਾਰ ਦਰ ਕੇਸ ਬਣ ਜਾਣ ਤੋਂ ਬਾਅਦ ਇਹ ਮੁਕਰ ਹੀ ਗਿਆ ਦੇ ਮੌਕੇ ਦੇ ਕੁਝ ਮੁਕਰਾਲੇ ਕੁਝ ਇਦਾਂ ਦਾ ਪ੍ਰਭਾਵ ਪਾਇਆ ਹੂੰ ਹੂੰ ਇਹਦੇ باوجود ਖੜਾ ਨਹੀਂ ਛੁੱਟਿਆ ਪਰ ਜਦੋਂ ਹਾਈ ਕੋਰਟ ਚ ਗਿਆ ਤੇ ਹਾਈ ਕੋਰਟ ਨੇ ਬਰੀ ਕਰਤਾ ਜੀ ਹੁਣ ਬਿਸ਼ਨੋਈ ਭਾਈਚਾਰਾ ਵੀ ਇਸ ਗੱਲ ਤੇ ਖਿਲਾਫ ਹੈ ਕਿ ਜੇ ਉਹਨੂੰ ਛੱਡਿਆ ਗਿਆ ਤੇ ਸਾਰਾ ਭਾਈਚਾਰਾ ਸਰਕਾਰ ਦੇ ਖਿਲਾਫ ਹੋ ਜਾਊ। ਸਰਕਾਰ ਨੂੰ ਵੀ ਉੱਥੇ ਜਾ ਕੇ ਅਪੀਲ ਕਰਨੀ ਪਈ। ਇਹਦੇ ਕੋਲ ਵੱਧ ਪੈਸਾ ਹੋਣ ਕਰਕੇ ਇਹ ਕਿਸੇ ਗੱਲ ਦੀ ਪ੍ਰਵਾਇਡ ਨਹੀਂ ਕਰ ਰਿਆ। ਜਿਹੜੀਆਂ ਐਕਟਰਸਾਂ ਆ ਉਹਦੇ ਨਾਲ ਸੀ। ਉਹਨਾਂ 'ਚੋਂ ਇੱਕ ਤਾਂ ਪੁਰਾਣੀ ਇੱਕ ਖਾਨਦਾਨੀ ਨਵਾਬਾਂ ਦੀ ਬੇਟੀ ਐ। ਉਹਦਾ ਬੰਦੂਕ ਦਾ ਲਾਇਸੈਂਸ ਲੱਭਿਆ ਗਿਆ। ਜਾ ਕੇ ਕਾਗਜ਼ਾਂ 'ਚ ਪਹਿਲਾਂ ਤੇ ਇਹ ਪਤਾ ਲੱਗਾ। ਜੋ ਜੇ 15 ਸਾਲਾਂ ਦੀ ਹੁੰਦੀ ਸੀ ਜਦੋਂ ਉਹਨੂੰ ਆਰਮ ਲਾਇਸੈਂਸ ਮਿਲ ਗਿਆ ਐਡੀ ਛੋਟੀ ਉਮਰ ਤੇ ਮਿਲੀ ਨਾ ਸਕਦਾ 18 ਤੋਂ ਪਹਿਲਾਂ ਜੀ ਉਹ ਗਲਤ ਮਿਲਿਆ ਮੁੜ ਕੇ ਜਦੋਂ ਅਦਾਲਤ ਤੋਂ ਚਾਹਿਆ ਕਿ ਲਿਆ ਕੇ ਰਿਕਾਰਡ ਪੇਸ਼ ਕਰੋ ਉੱਥੇ ਡਿਸਟ੍ਰਿਕਟ ਮਜਿਸਟ੍ਰੇਟ ਦੇ ਦਫ਼ਤਰ ਵਿੱਚੋਂ ਆਰਮ ਲਾਇਸੈਂਸ ਦੇਣ ਦਾ ਸਾਰਾ ਰਿਕਾਰਡ ਹੀ ਗੁੰਮ ਹੋ ਗਿਆ ਲੱਭਦੇ ਕੱਖ ਨਹੀਂ ਅੱਛਾ ਜੀ ਇੱਕਦਾਂ ਗੁੰਮ ਹੋ ਗਿਆ ਇਹਦਾ ਪਤਾ ਲੱਗਣਾ ਚਾਹੀਦਾ ਹੂੰ ਹੂੰ ਉਹ ਰਿਕਾਰਡ ਗੁੰਮ ਹੋ ਗਿਆ ਉਸ ਰਿਕਾਰਡ ਦੇ ਗੁੰਮ ਹੋਣ ਦੇ ਨਾਲ ਉਹਦਾ ਵੀ ਅਜੇ ਕੋਈ ਪਤਾ ਨਹੀਂ ਲੱਗਦਾ ਕਿ ਕੀ ਬਣੇਗਾ ਇਹ ਸਾਰੀਆਂ ਗੱਲਾਂ ਜਿਸ ਤਰ੍ਹਾਂ ਚਲਦੀਆਂ ਪਈਆਂ ਨੇ ਉਹਨਾਂ 'ਚ ਹੁਣ ਜਦੋਂ ਸੁਪਰੀਮ ਕੋਰਟ 'ਚ ਕੇਸ ਚਲਾ ਗਿਆ ਪਹਿਲਾਂ ਸਾਰੇ ਸਮਝਦੇ ਸੀ ਕਿ ਉੱਥੇ ਜਾ ਕੇ ਕੇਸ ਟਿਕ ਨਹੀਂ ਸਕਣਾ ਪਰ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਇਸ ਕੇਸ ਨੂੰ ਬੜਾ ਸੀਰੀਅਸ ਲੈ ਲਿਆ ਸਲਮਾਨ ਖਾਨ ਨੂੰ ਵੀ ਦੂਸਰਿਆਂ ਸਾਰਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਜੀ ਆਸ ਇਹ ਕਰਨੀ ਬਣਦੀ ਹੈ ਕਿ ਸੁਪਰੀਮ ਕੋਰਟ ਇਸ ਕੇਸ ਨੂੰ ਟਿਕਾਣੇ ਤੱਕ ਪਹੁੰਚਾਵੇਗੇ ਜਿੱਥੋਂ ਤੱਕ ਇਹ ਪਹੁੰਚਣਾ ਚਾਹੀਦਾ ਪਰ ਅਗੂ ਕਾਨੂੰਨੀ ਮਗੋਰੇ ਬਹੁਤ ਹੁੰਦੇ ਆ ਵਰਤੇ ਵੀ ਜਾ ਸਕਦੇ ਆ ਹਾਲ ਦੀ ਘੜੀ ਸੁਪਰੀਮ ਕੋਰਟ ਦਾ ਰੁਕ ਕਾਫੀ ਸਖਤ ਜੀ ਸੁਪਰੀਮ ਕੋਰਟ ਤੋਂ ਕੀ ਫੈਸਲਾ ਆਏਗਾ ਹੁਣ ਉਹਦਾ ਇੰਤਜ਼ਾਰ ਰਹੇਗਾ ਅਗਲੀ ਖਬਰ ਹੈ ਮੋਗੇ ਤੋਂ ਜਿਹੜੇ ਅਕਾਲੀ ਐਮਐਲਏ ਜਗENDER ਜੈਨ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ ਕੋਈ ਚੋਣ ਨਹੀਂ ਲੜਨਗੇ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਵੀ ਰੋਕ ਲਿਆ ਹੈ ਇਸ ਦੀ ਕੀ ਵਜ੍ਹਾ ਹੋ ਸਕਦੀ ਹੈ ਜਗENDER ਪਾਲ ਜੈਨ ਕਾਰੋਬਾਰੀ ਬੰਦਾ ਸੀ ਜੀ ਉਹਦਾ ਪ੍ਰਾਪਰਟੀ ਦਾ ਕਾਰੋਬਾਰ ਸੀ ਮੇਅਰ ਵੀ ਬਣ ਗਿਆ ਮੋਗੇ ਦਾ ਪੱਕਾ ਕਾਂਗਰਸੀ ਹੁੰਦਾ ਸੀ ਕਾਂਗਰਸ ਨੇ ਟਿਕਟ ਦਿੱਤੀ ਐਮਐਲਏ ਬਣ ਗਿਆ ਜੀ ਅਕਾਲੀਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਹਰਾ ਕੇ ਬਣਿਆ ਤੋਤਾ ਸਿੰਘ ਨੂੰ ਉੱਥੇ ਕੋਈ ਹਰਾ ਨਹੀਂ ਸਕਦਾ ਇਹਨੇ ਹਰਾਤਾ ਜੀ ਫਿਰ ਇਹਦੇ ਉੱਤੇ ਕੇਸ ਬਣ ਗਏ ਉਹਨਾਂ ਕੇਸਾਂ 'ਚ ਇਹ ਸੀ ਕਿ ਪ੍ਰਾਪਰਟੀ ਦੇ ਅਨਿਆਇ ਨਹੀਂ ਕੀਤਾ ਉਹ ਨਹੀਂ ਕੀਤਾ ਲਾਇਸੈਂਸ ਨਹੀਂ ਲਿਆ ਉਸ ਤੋਂ ਬਗੈਰ ਰੱਦੀ ਕੇਸ ਬਣਾਏ ਗਏ ਸੀ ਹੂੰ ਹੂੰ ਜਿੱਦਾਂ ਦੇ ਉਹ ਕੇਸ ਹੈ ਉਦਾਂ ਦੇ ਇੱਥੇ ਜੇ ਪੰਜਾਬ 'ਚ ਬਣਾਉਣੇ ਸ਼ੁਰੂ ਕਰਨ ਤੇ 500 ਕੇਸ ਬਣ ਸਕਦੇ ਪ੍ਰਾਪਰਟੀ ਦੇ ਜਿਹੜੇ ਅਕਾਲੀ ਪ੍ਰਾਪਰਟੀ ਡੀਲਰ ਉਹਨਾਂ ਨੇ ਵੀ ਉਹ ਕੁਝ ਕੀਤਾ ਵੱਤੇ ਬਣਾਤੇ ਉਸ ਕੇਸ ਵਿੱਚ ਜਗENDER ਪਾਲ ਜੈਨ ਦੇ ਖਿਲਾਫ ਵਾਰੰਟ ਇਹਦੇ ਘਰਵਾਲੀ ਦੇ ਬੱਚੇ ਦੇ ਸਾਰੇ ਪਰਿਵਾਰ ਦੇ ਖਿਲਾਫ ਕੁਝ ਬੱਚਿਆਂ ਨੂੰ ਪਗੋੜੇ ਕਰਾਰ ਦੇ ਦਿੱਤਾ ਗਿਆ ਜੀ ਇਹ ਪ੍ਰੈਸ਼ਰ ਥੱਲੇ ਆ ਗਿਆ ਅਕਾਲੀਆਂ ਦੇ ਕੋਲ ਜਾ ਕੇ ਨੇ ਤਰਲਾ ਕੱਢਿਆ ਕਿ ਮੈਨੂੰ ਬਚਾਓ ਉਹਨੇ ਆਖਿਆ ਕਾਂਗਸ ਪਾਰਟੀ ਛੱਡ ਦੇ ਇਹਨੇ ਕਾਂਗਸ ਪਾਰਟੀ ਛੱਡੀ ਅਸੈਂਬਲੀ ਦੀ ਸੀਟ ਛੱਡੀ ਚੋਣ ਲੜੀ ਬਾਈ ਇਲੈਕਸ਼ਨ ਲੜ ਕੇ ਉਸੇ ਸੀਟ ਤੇ ਜਿੱਥੋਂ ਪਹਿਲਾਂ ਕਾਂਗਸ ਦੇ ਚੋਣ ਨਿਸ਼ਾਨ ਤੇ ਜਿੱਤਿਆ ਸੀ ਉਸੇ ਸੀਟ ਤੇ ਫਿਰ ਅਕਾਲੀਆਂ ਦੇ ਤੱਕੜੀ ਚੋਣ ਨਿਸ਼ਾਨ ਨਾਲ ਜਿੱਤ ਗਿਆ ਦੋਰੀਵਾਰੀ ਐਮਐਲਏ ਬਣ ਗਿਆ ਹੂੰ ਹੂੰ ਉਹ ਜੇ ਲੋਕੀ ਮੋਗੇ ਚ ਇਹ ਕਹਿੰਦੇ ਆ ਕਿ ਜਦੋਂ ਇਹ ਕਾਂਗਰਸੀ ਹੁੰਦਾ ਸੀ ਆਪ ਚੋਣ ਲੜਦਿਆਂ ਵੀ ਕਾਂਗਸ ਨਾਲੋਂ ਅੱਧੀ ਰਾਤ ਨੂੰ ਦੋ ਗਿੜੇ ਬਾਦਲਪਿੰਡ ਦੇ ਮਾਰ ਆਇਆ ਸੀ ਕਹਿੰਦੇ ਟਰੰਕ ਲੈ ਕੇ ਗਿਆ ਸੀ ਉਹਨਾਂ ਟਰੰਕਾਂ ਚ ਕੀ ਕਿਸੇ ਨੂੰ ਪਤਾ ਅਕਾਲੀਆਂ ਦਾ ਘਰ ਵੀ ਰੱਖਦਾ ਸੀ ਇਹ ਚਰਚਾ ਬੜੀ ਹੁੰਦੀ ਰਹੀ ਸੱਚ ਕੀ ਆ ਕਿਸੇ ਨੂੰ ਨਹੀਂ ਪਤਾ ਜੀ ਪਰ ਜਦੋਂ ਇਹ ਅਕਾਲੀਆਂ ਜੀ ਚਲਾ ਗਿਆ ਫਿਰ ਚਰਚਾ ਇਹ ਸੀ ਕਿ ਅਕਾਲੀਆਂ ਚ ਹੁੰਦਿਆਂ ਕਾਂਗਰਸੀਆਂ ਨਾਲ ਸਾਂਝ ਰੱਖਦਾ ਇਹ ਬੰਦਾ 15 ਸਾਲ ਪਹਿਲਾਂ ਇੱਕ ਵਾਰੀ ਦਿੱਲੀ 에ਰਪੋਰਟ ਤੇ ਫੜਿਆ ਗਿਆ ਸੀ ਇਹਦੇ ਕੋਲ ਜਾਲੀ ਪਾਸਪੋਰਟਸ ਅੱਛਾ ਜੀ ਪਾਸਪੋਰਟ ਕਿਸ ਜਲੰਧਰ ਦੇ ਬੰਦੇ ਦਾ ਫੜਿਆ ਇਹ ਗਿਆ ਜੀ ਇਦਾਂ ਦੇ ਵੇਰਵੇ ਵੀ ਸਨ ਪਰ ਬਾਹਰੋਂ ਆਉਂਦਾ ਫੜਿਆ ਗਿਆ ਸੀ ਮੁੜਕੇ ਇਹਨੂੰ ਕਦ ਕੱਢ ਨਹੀਂ ਸਕਦੇ ਹੂੰ ਹੂੰ ਇਦਾਂ ਦੇ ਕੇਸ ਵੀ ਸਨ ਹੁਣ ਅਕਾਲੀਆਂ ਚ ਰਹਿ ਕੇ ਕੇਸ ਨੇ ਆਪਣੇ ਖਾਰਜ ਕਰਾ ਲਿਆ ਜਿੰਨੇ ਕੁ ਵਟਕ ਸੀ ਕੁਝ ਫੀਸਾਂ ਭਰ ਦਿੱਤੀਆਂ ਸਰਕਾਰ ਨੂੰ ਕੁਝ ਗੈਰ ਸਰਕਾਰੀ ਤੌਰ ਤੇ ਫੀਸਾਂ ਭਰੀਆਂ ਗਈਆਂ ਨੇ ਹੂੰ ਹੂੰ ਉਹ ਸਾਰਾ ਕੁਝ ਹੋਣ ਤੋਂ ਬਾਅਦ ਇਨੇ ਤਕਰੀਬਨ ਆਪਣਾ ਹੱਥ ਔਲਾ ਕਰ ਲਿਆ ਜਿੰਨੀ ਇੱਕ ਕਮਾਈ ਸੀ ਉਹ ਲੇਖੇ ਲੱਗ ਗਿਆ ਹੁਣ ਉਹ ਕਹਿੰਦਾ ਜੀ ਅੱਗੇ ਤੋਂ ਮੈਂ ਤਾਂ ਹਾਈ ਕਮਾਂਡ ਨੂੰ ਕਹਤਾ ਕਾਰੇਦਲ ਨੂੰ ਕਿ ਮੈਂ ਕੋਈ ਚੋਣ ਚੜ੍ਹ ਨਹੀਂ ਲੜਨੀ ਮੈਂ ਆਪਣੇ ਮੁੰਡਿਆਂ ਨੂੰ ਵੀ ਕਹਤਾ ਕਿ ਤੁਸੀਂ ਚੋਣਾਂ ਨਾਲ ਲੜਿਓ ਇੱਕ ਮੁੰਡਾ ਮੋਗੇ ਦੀ ਮਿਊਂਸਪਲ ਕਾਰਪੋਰੇਸ਼ਨ ਤੇ ਹੈਗਾ ਉਹਨੂੰ ਮੈਂ ਕਹਤਾ ਲੋਕਲ ਲੈਵਲ ਤੇ ਜਿਹੜੀ ਚੋਣ ਲੜਨੀ ਹੈ ਲੜੀ ਲੁੜੀ ਜਾ ਪਰ ਸਟੇਟ ਲੈਵਲ ਤੇ ਜਾਂ ਇਸ ਤੋਂ ਉੱਪਰ ਵੱਲ ਝਾਕਣ ਦੀ ਕਾਕਾ ਤੈਨੂੰ ਲੋੜ ਨਹੀਂ ਕਿਉਂਕਿ ਆਪਾਂ ਨੂੰ ਰਾਜਨੀਤੀ ਰਾਸ ਨਹੀਂ ਆਉਂਦੀ ਜੀ ਉਹ ਬੰਦਾ ਜਿਹਨੇ ਜਥੇਦਾਰ ਤੋਤਾ ਸਿੰਘ ਵਰਗੇ ਲੀਡਰ ਨੂੰ ਹਰਾ ਦਿੱਤਾ ਸੀ ਉਹ ਹੁਣ ਇੱਥੇ ਆ ਗਿਆ ਕਿ ਆਪ ਵੀ ਉਹ ਜਿੱਦਾਂ ਕਹਿੰਦਾ ਮੇਰੀ ਤੋਬਾ ਮੇਰੇ ਬਾਪ ਦੀ ਤੋਬਾ ਇਹ ਕਹਿੰਦਾ ਮੇਰੀ ਤੋਬਾ ਮੇਰੇ ਪੁੱਤਰਾਂ ਦੀ ਤੋਬਾ ਨਾ ਮੈਂ ਚੋਣ ਲੜਨੀ ਨਾ ਮੈਂ ਪੁੱਤਰਾਂ ਨੂੰ ਲੜਨ ਦੇਣੀ ਉਤੋਂ ਤੱਕ ਪਹੁੰਚ ਗਿਆ ਹੂੰ ਹੂੰ ਪਰ ਜਿੰਨਾ ਚਿਰ ਇਹ ਰਿਹਾ ਅਕਾਲੀਆਂ 'ਚ ਉਹਨਾਂ 'ਚ ਰੰਗ ਬੜੇ ਮਜ਼ੇਦਾਰ ਅਕਾਲੀਆਂ ਨੇ ਇਹਨੂੰ ਇੱਕ ਵਾਰੀ ਚੇਅਰਮੈਨ ਹੀ ਦੇ ਦਿੱਤੀ ਇਹਦੇ ਖਿਲਾਫ ਸ਼ਿਕਾਇਤ ਹੋ ਗਈ ਫਿਰ ਹਾਈ ਕੋਰਟ 'ਚ ਕੇਸ ਸੀ ਉੱਥੇ ਜਦੋਂ ਆਖਿਆ ਗਿਆ ਇਹਨੂੰ ਚੇਅਰਮੈਨ ਕਿਦਾਂ ਦਿੱਤੀ ਤੇ ਪੰਜਾਬ ਸਰਕਾਰ ਦੇ ਵਕੀਲ ਨੇ ਆਖਿਆ ਜੀ ਉਹਨੇ ਤੇ ਚੇਅਰਮੈਨ ਤੋਂ ਅਸਤੀਫਾ ਦੇ ਦਿੱਤਾ ਜੀ ਅਸਤੀਫਾ ਮੇਰੀ ਜੇਬ ਚ ਹੈ ਜੇ ਤੁਸੀਂ ਆਖੋ ਤੇ ਮੈਂ ਅਦਾਲਤ 'ਚ ਪੇਸ਼ ਕਰ ਦਿੰਦਾ ਜੱਜ ਸਾਹਿਬ ਨੇ ਆਖਿਆ ਵੀ ਜੇ ਨੇ ਅਸਤੀਫਾ ਹੀ ਦੇ ਦਿੱਤਾ ਫਿਰ ਗੱਲ ਖਤਮ ਹੈ ਕੇਸ ਖਤਮ ਹੋ ਗਿਆ ਮਹੀਨੇ ਬਾਅਦ ਫੇਰ ਆਜੀ ਚਲੀ ਗਈ ਜੀ ਉਹ ਤਾਂ ਅਜੇ ਵੀ ਚੇਅਰਮੈਨ ਬਣਾ ਬੈਠਾ ਜੱਜ ਸਾਹਿਬ ਨੇ ਸਰਕਾਰੀ ਵਕੀਲ ਨੂੰ ਪੁੱਛਿਆ ਵੀ ਤੂੰ ਤੇ ਕਹਿੰਦਾ ਸੀ ਅਸਤੀਫਾ ਦੇ ਦਿੱਤਾ ਸਰਕਾਰੀ ਵਕੀਲ ਕਹਿੰਦਾ ਜੀ ਮੈਂ ਉਦੋਂ ਆਖਿਆ ਸੀ ਅਸਤੀਫਾ ਦੇ ਦਿੱਤਾ ਮੈਂ ਕਿਹਾ ਸੀ ਅਦਾਲਤ 'ਚ ਆਖੇ ਤੇ ਮੈਂ ਹੁਣੇ ਪੇਸ਼ ਕਰ ਦਿੰਦਾ ਤੁਸੀਂ ਮੈਨੂੰ ਆਖਿਆ ਨਹੀਂ ਮੈਂ ਪੇਸ਼ ਨਹੀਂ ਕੀਤਾ ਇਸ ਕਰ ਯਾਨੀ ਕਾਲੀ ਸਰਕਾਰ ਦੇ ਵੇਲੇ ਵੀ ਚਮਦੀਆਂ ਚਲਾਈਆਂ ਜਗਿੰਦਰਪਾਲ ਜੈਨ ਨੇ ਤੇ ਹੁਣ ਉੱਥੇ ਆ ਗਿਆ ਕਿ ਜਿੰਨਾ ਕੁ ਹੋ ਸਕਿਆ ਕਰ ਲਿਆ ਹੁਣ ਅੱਗੋਂ ਲਈ ਕੰਨ ਨੂੰ ਹੱਥ ਲਾਏ ਮੇਰਾ ਖਿਆਲ ਹੈ ਕਿ ਇਹ ਤੋਂ ਕਈ ਹੋਰਾਂ ਨੂੰ ਵੀ ਤਜਰਬੇ ਤੋਂ ਸਿੱਖਣਾ ਚਾਹੀਦਾ ਜੀ ਇਸ ਪੂਰੀ ਚਰਚਾ ਦੇ ਲਈ ਪੰਨੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵੇਲਾ ਹੋ ਗਿਆ ਜਿਸ ਪ੍ਰੋਗਰਾਮ ਨੂੰ ਅੱਥੇ ਹੀ ਸਮੇਟਣ ਦਾ ਕੁਝ ਹੋਰ ਖਬਰਾਂ ਦੇ ਨਾਲ ਫੇਰ ਮਿਲਾਂਗੇ ਇਸੇ ਚੈਨਲ ਤੇ ਇਸੇ ਪ੍ਰੋਗਰਾਮ ਦੇ ਵਿੱਚ ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਦਿਓ ਇਜਾਜ਼ਤ ਧੰਨਵਾਦ Thank you